ਐਮਾਜ਼ਾਨ ਤੇ ਵਿਕ ਰਹੇ ਬਾਥਰੂਮ ਰਕਸ ਨੂੰ ਲੈ ਕੇ ਸਿੱਖਾਂ ਵਿੱਚ ਰੋਹ ਦੀ ਲਹਿਰ ਹੈ, ਕਿਉਂਕਿ ਇਸ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਕਿ ਟੋਇਲਟ ਸੀਟ ਤੇ ਇਸ ਦੇ ਹੇਠਾਂ ਰੱਖੇ ਫੁੱਟ ਮੈਟ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਹੈ। ਇਸ ਦੇ ਖਿਲਾਫ਼ SGPC ਨੇ ਨੋਟਿਸ ਲਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੈਟ ਨੂੰ ਬਣਾਉਣ ਤੇ ਵੇਚਣ ਵਾਲੀ ਕੰਪਨੀ ਤੇ ਕਾਰਵਾਈ ਕੀਤੀ ਜਾਏਗੀ। ਦੂਜੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਪਨੀ ਖਿਲਾਫ਼ ਸ਼ਿਕਾਇਤ ਦਰਜ ਕੀਤੀ ਹੈ। ਇੰਨਾ ਹੀ ਨਹੀਂ, ਐਮਾਜ਼ਾਨ ਤੇ ਇਸ ਤਰ੍ਹਾਂ ਡੋਰ ਮੈਟ ਤੇ ਕਲੀਨ ਵੀ ਵਿਕ ਰਹੇ ਨੇ ਜਿਨ੍ਹਾਂ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਹੈ। ਅਜਿਹੇ ਮੈਟ ਤੇ ਬਾਥਰੂਮ ਰਕਸ ਐਮਾਜ਼ਾਨ ਇੰਡੀਆ ਦੇ ਐਮਾਜ਼ਾਨ ਕੈਨੇਡਾ ਦੀਆਂ ਸਾਈਟਸ ਤੇ ਮੁਹੱਈਆ ਨੇ। ਸਰਸਾ ਨੇ ਕਿਹਾ ਕਿ ਇਹਨਾਂ ਨੂੰ ਤੁਰੰਤ ਹਟਾਇਆ ਜਾਏ ਅਤੇ ਕੰਪਨੀ ਇਸ ਲਈ ਮੁਆਫ਼ੀ ਮੰਗੇ। ਉਹਨਾਂ ਕੈਨੇਡਾ ਦੇ ਸਿੱਖਾਂ ਦੇ MPs ਨੂੰ ਵੀ ਇਸ ਖਿਲਾਫ਼ ਖੜ੍ਹੇ ਹੋਣ ਲਈ ਕਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਕੇਵਲ ਸਿੱਖਾਂ ਲਈ ਨਹੀਂ ਦੁਨੀਆ ਭਰ ਦੇ ਸ਼ਰਧਾਲੂਆਂ ਵਾਸਤੇ ਅਧਿਆਤਮਿਕਤਾ ਦਾ ਸੋਮਾ ਵਾ, ਸਿੱਖੀ ਦਾ ਕੇਂਦਰ ਆ, ਸਿੱਖਾਂ ਵਾਸਤੇ ਇਹ ਹਰ ਸਮੇਂ ਪ੍ਰੇਰਨਾ ਸਰੋਤ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਧੂੜੀ ਆ ਉਹ ਲਕਾਈ ਮਸਤਕ ਨੂੰ ਲਾਉਣ ਲਈ ਤਰਸਦੀ ਆ, ਅਤੇ ਅਜਿਹੇ ਪਾਵਨ ਪਵਿੱਤਰ ਸਥਾਨ ਦੀ ਜਿਹੜੀ ਤਸਵੀਰ ਆ ਡੋਰਮੈਟ 'ਤੇ ਲਾਉਣੀ, ਟੋਇਲਟ ਸੀਟਾਂ 'ਤੇ ਲਗਾਉਣੀ ਬਹੁਤ ਹੀ ਘਿਣਾਉਣਾ ਅਪਰਾਧ ਆ। ਇਹ ਐਮਾਜ਼ਾਨ ਕੰਪਨੀ ਨੇ IT ਪ੍ਰਿੰਟ ਵਿੰਗ ਵੱਲੋਂ ਜਿਹੜਾ ਇਸ਼ਤਿਹਾਰ ਦਿੱਤਾ ਗਿਆ ਇਹ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖ਼ਤ ਇਤਰਾਜ਼ ਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਲੀਗਲ ਨੋਟਿਸ ਦੇ ਦਿੱਤਾ ਵਾ। ਲੀਗਲ ਨੋਟਿਸ ਦੇਣ ਦੇ ਨਾਲ ਨਾਲ ਜੇਕਰ ਇਹਨਾਂ ਨੇ ਇਸ਼ਤਿਹਾਰ ਅਤੇ ਆਪਣੀ ਸੇਲ ਬੰਦ ਨਾ ਕੀਤੀ ਅਸੀਂ ਸਿਵਲ ਅਤੇ ਜਿਹੜਾ ਫੌਜਦਾਰੀ ਮੁਕੱਦਮਾ ਵੀ ਇਹਨਾਂ 'ਤੇ ਕਰਾਂਗੇ। ਵਿਦੇਸ਼ ਮੰਤਰੀ ਨੂੰ ਵੀ ਅਸੀਂ ਲਿਖ ਰਹੇ ਹਾਂ ਕਿਉਂਕਿ ਇਹ ਸਿੱਖ ਭਾਵਨਾਵਾਂ ਦਾ, ਸਿੱਖ ਸ਼ਰਧਾਲੂਆਂ ਦਾ ਅਤੇ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੱਖਾਂ ਯਾਤਰੂ ਆਉਂਦੇ ਆ ਉਹਨਾਂ ਦੀਆਂ ਭਾਵਨਾਵਾਂ ਦਾ ਕਤਲ ਆ। ਇਹਨਾਂ ਲੋਕਾਂ ਨੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਅਜਿਹੇ ਪਾਵਨ ਪਵਿੱਤਰ ਸਥਾਨ ਦੀ ਉਹ ਤਸਵੀਰ ਜਿਹੜੀ ਲੋਕ ਆਪਣੇ ਘਰਾਂ ਦੇ ਵਿੱਚ, ਆਪਣੇ ਦਫ਼ਤਰਾਂ ਦੇ ਵਿੱਚ, ਆਪਣੇ ਬਿਜ਼ਨਸ ਅਦਾਰਿਆਂ ਦੇ ਵਿੱਚ ਉੱਚੇ ਥਾਂ 'ਤੇ ਲਾ ਕੇ ਸ਼ਰਧਾ ਸਤਿਕਾਰ ਭੇਟ ਕਰਦੇ ਨੇ, ਕਿਉਂਕਿ ਤਸਵੀਰ ਦੇ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਰੂਹਾਨੀਅਤ ਆ ਉਹਦੀਆਂ ਭਾਵਨਾਵਾਂ ਨੂੰ ਮਹਿਸੂਸ ਕੀਤਾ ਜਾ ਸਕਦਾ। ਅਤੇ ਉਸ ਕੇਂਦਰ ਦੀ ਤਸਵੀਰ ਜਿਹੜੀ ਆ ਅਜਿਹੇ ਘਿਣਾਉਣੇ ਕਾਰਜ ਵਾਸਤੇ ਲਾਉਣੀ ਬਹੁਤ ਹੀ ਵੱਡਾ ਅਪਰਾਧ ਕੀਤਾ।